लड़ांगे मरांगे साडा नारा जी, जां साडे ते गोली चला दे कोर्ट, जां बिल रद्द कर दे, नहीं ते ट्रैक्टर मार्च करांगे। सानू जिहड़ियां गुड्डियां ना, ये जिहड़ी अपना जिंदगी है बड़ी महाराज ने बख्शी आ, ये आपां अगले साल भी डाल सकते गुड्डियां, तिहार ते अगले साल भी आऊगा, पर जे कानून पास हो गए ये रद्द नहीं होने, ये करके सानू गुड्डियां ना कोई वास्ता नहीं, अं काले कानून रद्द करावे, वो विरोध से अं काले कानून साढ़े आ, तो असं सड़क से बह के यदा विरोध कर रहे हैं। पिंड पिंड अपील हुई है जी, पिंड पिंड रात को भुगे पालने, तुम पिंड पिंड जाके वेखियो, पिंड पिंड तुहाडे कोल जिहड़े आ ਉਹ ਮੀਡੀਆ ਦੇ ਗਾੜੀ ਹੋਣਗੇ, ਹਰ ਪਿੰਡ ਦੇ ਵਿੱਚ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਪੂਰਨ ਤੌਰ ਦੇ ਉੱਤੇ ਜਿਹੜੇ ਆ ਉਹ ਲੋਹੜੀ ਦਾ ਬਾਈਕਾਟ ਕੀਤਾ ਗਿਆ ਔਰ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ। मैं ये काले कानून के जेडे आपा बिलों दियाँ कापियां साड़िया है ये आपा खिलाफ़ सी, आपा मोदी सरकार जी आप जोड़ा ये त्यौहार आ खुशियां भर लै के आते धियां धहानियां का त्यौहार आ, पर यह जोड़ा आपू इन्हें मजबूर किया सू सड़क बह के त्यौहार मना वास्ते, तो असी विरुद्ध ज काले कानून दियाँ कापियां वो आप साड़ रहे हैं। मैं यो गल कहना वा भी जोड़ा नौजवान है ये सिर्फ इंजॉय वास्ते नहीं हों, हकों वास्ते भी लड़ सकता है। ਸਾਨੂੰ ਜਿਹੜੀਆਂ ਗੁੱਡੀਆਂ ਦਾ ਇਹ ਜਿਹੜੀ ਆਪਣਾ ਜ਼ਿੰਦਗੀ ਹੈ ਬੜੀ ਮਹਾਰਾਜ ਨੇ ਬਖਸ਼ੀ ਆ, ਇਹ ਆਪਾਂ ਅਗਲੇ ਸਾਲ ਵੀ ਡਾ ਸਕਦੇ ਗੁੱਡੀਆਂ, ਤਿਉਹਾਰ 'ਤੇ ਅਗਲੇ ਸਾਲ ਵੀ ਆਊਗਾ, ਪਰ ਜੇ ਕਾਨੂੰਨ ਪਾਸ ਹੋ ਗਏ ਇਹ ਰੱਦ ਨਹੀਂ ਹੋਣੇ, ਇਹਦੇ ਕਰਕੇ ਸਾਨੂੰ ਗੁੱਡੀਆਂ ਨਾਲ ਕੋਈ ਵਾਸਤਾ ਨਹੀਂ, ਅਸੀਂ ਕਾਲੇ ਕਾਨੂੰਨ ਰੱਦ ਕਰਾਵਾਂਗੇ, ਉਹਦੇ ਵਿਰੋਧ 'ਚ ਅਸੀਂ ਕਾਲੇ ਕਾਨੂੰਨ ਸਾੜੇ ਆ, ਅਤੇ ਅਸੀਂ ਸੜਕਾਂ 'ਤੇ ਬਹਿ ਕੇ ਇਹਦਾ ਵਿਰੋਧ ਕਰ ਰਹੇ ਹਾਂ। ਜੇ ਜਿੱਦਾਂ ਸਾਨੂੰ ਸਾਡੇ ਪਿੱਛੇ ਆਗੂ ਬੈਠੇ ਨੇ, ਸੀਨੀਅਰ ਬੈਠੇ ਨੇ, ਸਾਡੇ ਬਜ਼ੁਰਗ ਬੈਠੇ ਨੇ, ਜੇ ਉਹ ਸਾਨੂੰ ਕਹਿਣਗੇ ਸ਼ਾਂਤਮਈ ਨਾਲ ਅੱਬਲ, ਤਾਂ ਅਸੀਂ ਸ਼ਾਂਤਮਈ ਨਾਲ ਉੱਥੇ ਕੱਢਾਂਗੇ, ਜੇ ਸਾਨੂੰ ਰੋਕਿਆ ਜਾਊਗਾ ਤਾਂ ਫਿਰ ਜੇ ਉਹ ਕਹਿਣਗੇ ਦੂਜਾ ਤਰੀਕਾ ਅਪਣਾਉਣਾ ਪਵੇ ਤਾਂ ਅਸੀਂ ਅਪਣਾਵਾਂਗੇ। ਮੈਂ ਬਜਿੱਤਰ ਸਿੰਘ ਕੋਟਲਾ, ਸੂਬਾਈ ਆਗੂ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਜੇ ਤਾਂ ਲੋਹੜੀ ਆਉਂਦੀ ਖੁਸ਼ੀ ਖੁਸ਼ਹਾਲੀ, ਬਿੱਲ ਮਾਫ਼ ਹੁੰਦੇ, ਘਰਾਂ 'ਚ ਬਹਿ ਕੇ ਖੁਸ਼ੀ ਖੁਸ਼ਹਾਲੀ ਪਰਿਵਾਰਾਂ 'ਚ ਮਨਾਉਂਦੇ, ਇਸ ਵੇਲੇ ਸਾਡੇ ਜਿਹੜੇ ਆ 80 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਆ, ਉਹਨਾਂ ਦਾ ਕਰਕੇ ਅਸੀਂ ਸੋਗ ਦੇ ਵਿੱਚ ਲੋਹੜੀ ਜਿਹੜੀ ਆ ਉਹ ਮਨਾ ਰਹੇ ਹਾਂ, ਔਰ ਬਿੱਲ ਮਾਫ਼ ਨਹੀਂ ਹੋਏ, ਇਹਨਾਂ ਨੇ ਕਾਲੇ ਕਾਨੂੰਨ ਜਿਹੜੇ ਰੱਦ ਨਹੀਂ ਕੀਤੇ ਉਹਦਾ ਕਰਕੇ ਅਸੀਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਸੀਂ ਰੋਸ ਕਰ ਰਹੇ ਹਾਂ। ਪਿੰਡ ਪਿੰਡ ਅਪੀਲ ਹੋਈ ਆ ਜੀ, ਪਿੰਡ ਪਿੰਡ ਰਾਤ ਨੂੰ ਭੁੱਗੇ ਬਲਨੇ ਆ, ਤੁਸੀਂ ਪਿੰਡ ਪਿੰਡ ਜਾ ਕੇ ਵੇਖਿਓ, ਪਿੰਡ ਪਿੰਡ ਤੁਹਾਡੇ ਕੋਲ ਜਿਹੜੇ ਆ ਉਹ ਮੀਡੀਆ ਦੇ ਗਾੜੀ ਹੋਣਗੇ, ਹਰ ਪਿੰਡ ਦੇ ਵਿੱਚ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਪੂਰਨ ਤੌਰ ਦੇ ਉੱਤੇ ਜਿਹੜੇ ਆ ਉਹ ਲੋਹੜੀ ਦਾ ਬਾਈਕਾਟ ਕੀਤਾ ਗਿਆ ਔਰ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਗਿਆ। 101% ਟ੍ਰੈਕਟਰ ਮਾਰਚ ਹੋ ਗਈ, ਲੜਾਂਗੇ ਮਰਾਂਗੇ ਸਾਡਾ ਨਾਰਾ ਜੀ, ਜਾਂ ਸਾਡੇ 'ਤੇ ਗੋਲੀ ਚਲਾ ਦੇ ਕੋਰਟ, ਜਾਂ ਬਿੱਲ ਰੱਦ ਕਰ ਦੇ, ਨਹੀਂ ਤਾਂ ਟ੍ਰੈਕਟਰ ਮਾਰਚ ਕਰਾਂਗੇ।